ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਮਨ ਜੋੜੋ ਪਵਿੱਤਰ ਗੁਰਬਾਣੀ ਦੇ ਨਾਲ। ਗੁਰਬਾਣੀ ਬਿਨਾਂ ਇਸ ਵੇਲੇ ਕੋਈ ਮਨਾਂ ਦਾ ਆਸਰਾ ਨਜ਼ਰ ਨਹੀਂ ਆਉਂਦਾ। ਗੁਰਬਾਣੀ ਹਰ ਇੱਕ ਮਨ ਨੂੰ ਅਕਾਲ ਪੁਰਖ ਜੀ ਦੇ ਚਰਨਾਂ ਨਾਲ ਜੋੜ ਰਹੀ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਦਸਮੇਸ਼ ਪਿਤਾ, ਕਲਗੀਆਂ ਵਾਲੇ, ਬਾਜਾਂ ਵਾਲੇ, ਧੰਨ ਧੰਨ ਪੰਥ ਦੇ ਵਾਲੀ ਦਾਤਾਰ ਪਾਤਸ਼ਾਹ ਜੀ, ਸਾਨੂੰ ਸਾਰਿਆਂ ਨੂੰ ਲੜ ਲਾ ਗਏ ਹਨ ਗੁਰਬਾਣੀ ਦੇ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ, ਕਿ ਸਾਡੇ ਤੋਂ ਬਾਅਦ ਵਿੱਚ ਤੁਸਾਂ ਗੁਰਬਾਣੀ ਨੂੰ, ਸ਼ਬਦ ਨੂੰ ਗੁਰੂ ਮੰਨਣਾ ਹੈ। ਸ਼ਬਦ ਤੁਸਾਂ ਦਾ ਗੁਰੂ ਹੈ, ਤੁਸਾਂ ਦੀ ਸੁਰਤ ਚੇਲਾ ਹੈ। ਸ਼ਬਦ ਗੁਰੂ, ਸੁਰਤ ਧੁਨ ਚੇਲਾ। ਦੱਖਣੀ ਓਮਕਾਰ ਜੀ ਦੇ ਬਚਨ, ਧੰਨ 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 ਸਾਹਿਬ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਆਪ ਜੀ ਸਰਵਣ ਕਰਦੇ ਹੋ। ਕੱਲ ਆਪ ਜੀ ਨੇ ਸਰਵਣ ਕੀਤਾ ਸੀ, ਵਿਖਿਆ ਅੰਮ੍ਰਿਤ ਏਕ ਹੈ, ਬੂਝੈ ਪੁਰਖ ਸੁਜਾਨ। ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਚਨਾਂ ਨੂੰ ਮੰਨਦੇ ਹਨ, ਗੁਰਬਾਣੀ ਨੂੰ ਹਿਰਦੇ ਵਿੱਚ ਵਸਾਉਂਦੇ ਹਨ, ਉਹ ਸੁਜਾਨ ਪੁਰਖ, ਸਿਆਣੇ ਪੁਰਖ ਸਮਝ ਲੈਂਦੇ ਹਨ। ਬਿਖ ਵਿੱਚ ਵੀ ਅੰਮ੍ਰਿਤ ਪ੍ਰਾਪਤ ਹੋ ਜਾਂਦਾ ਹੈ। ਜੈਸੇ ਕਾ ਚੁਪਾਰੋ ਮਹਾ ਬਿਖਮ ਨਾ ਖਾਇਓ ਜਾਈ, ਮਾਰੇ ਨਿਹ ਕਲੰਕ ਹੋਏ ਕਲੰਕਨ ਮਿਟਾਤ ਹੈ। ਜਿਵੇਂ ਕੱਚਾ ਪਾਰਾ ਮਾਰ ਕੇ ਦਵਾਈਆਂ ਵਿੱਚ ਪੈ ਜਾਂਦਾ ਹੈ। ਜੈਸੇ ਕਾਚੋ ਪਾਰੋ ਮਹਾ ਬਿਖਮ ਨਾ ਖਾਇਓ ਜਾਈ, ਜਦੋਂ ਵੈਦ ਉਸਨੂੰ ਮਾਰ ਲੈਂਦੇ ਹਨ, ਮਾਰੇ ਨੇ ਕਲੰਕ ਹੈ ਕਲੰਕਨ ਮਿਟਾਵਈ, ਕਲੰਕਨ ਮਿਟਾਵਈ, ਕਈ ਦਵਾਈਆਂ ਵਿੱਚ ਪੈ ਜਾਂਦਾ ਹੈ, ਉਹ ਜ਼ਹਿਰ ਹੁੰਦਾ ਹੈ ਪਾਰਾ ਕੱਚਾ, ਉਹੀ ਉਹ ਅੰਮ੍ਰਿਤ ਬਣ ਜਾਂਦਾ ਹੈ, ਜ਼ਿੰਦਗੀ ਬਖਸ਼ ਦਿੰਦਾ ਹੈ। ਦੁਨੀਆਂ ਦੀਆਂ ਜਿਤਨੀਆਂ ਵੀ ਕਈ ਬਿਮਾਰੀਆਂ ਹਨ ਉਹ ਦੂਰ ਹੋ ਜਾਂਦੀਆਂ ਹਨ। ਇਸੇ ਪ੍ਰਕਾਰ ਜਿਹੜੇ ਸੁਜਾਨ ਪੁਰਖ ਹਨ ਉਹ ਇਸ ਬਿਖ ਨੂੰ ਅਤੇ ਅੰਮ੍ਰਿਤ ਨੂੰ ਸਤਿਗੁਰਾਂ ਦੀ ਪਵਿੱਤਰ ਪਾਵਨ ਗੁਰਬਾਣੀ ਦੁਆਰਾ ਸਮਝ ਲੈਂਦੇ ਹਨ। ਸਤਿਗੁਰੂ ਜੀ ਫਰਮਾਉਂਦੇ ਹਨ, ਖਿਮਾ ਵੀ ਹੋਣੇ ਖੱਪ ਗਏ, ਦੁਨੀਆਂ ਦੇ ਵਿੱਚ ਖਿਮਾ ਤੋਂ ਵੀ ਹੋਣੇ, ਖਿਮਾ ਕਹਿੰਦੇ ਨੇ ਮੁਆਫ ਕਰ ਦੇਣ ਨੂੰ, ਕੋਈ ਬੁਰਾ ਵੀ ਹੋਵੇ ਉਹਨੂੰ ਵੀ ਛੱਡ ਦੇਣਾ, ਖਿਮਾ ਕਰ ਦੇਣਾ। ਸਤਿਗੁਰੂ ਖਿਮਾ ਦੇ ਘਰ ਵਿੱਚ ਰਹਿੰਦੇ ਹਨ। ਧੰਨ ਗੁਰੂ ਨਾਨਕ ਸਾਹਿਬ ਦਸਮੇਸ਼ ਪਿਤਾ ਜੀ ਇਸ ਵੇਲੇ ਪ੍ਰੈਜੈਂਟ ਟਾਈਮ ਤੇ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਕਿੰਨੇ ਵੀ ਕੋਈ ਅਪਰਾਧ ਕਰ ਲਵੇ ਸਤਿਗੁਰੂ ਖਿਮਾ ਕਰ ਦਿੰਦੇ ਹਨ। ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੇ ਮਾਰਗ ਪਾਵੇ, ਅੱਗੋਂ ਰਾਹ ਦੇ ਦਿੰਦੇ ਹਨ ਭਲਿਆ, ਜਾ ਸੇਵਾ ਕਰ, ਸਿਮਰਨ ਕਰ, ਬੰਦਗੀ ਕਰ, ਗੁਰਬਾਣੀ ਪੜ੍ਹ, ਅਗਾਂਹ ਕੋਈ ਐਸਾ ਕੰਮ ਨਾ ਕਰੀ ਜਿਹਦੇ ਨਾਲ ਤੈਨੂੰ ਦੁੱਖ ਪਾਉਣਾ ਪਵੇ। ਕਰ ਉਪਦੇਸ਼ ਝਿੜਕੇ ਬਹੁ ਭਾਤੀ, ਜਿਵੇਂ ਬੱਚਿਆਂ ਨੂੰ ਮਾਤਾ ਪਿਤਾ ਝਿੜਕਦੇ ਹਨ ਫਿਰ ਗੱਲ ਨਾਲ ਲਾ ਲੈਂਦੇ ਹਨ। ਕਰ ਉਪਦੇਸ਼ ਝਿੜਕੇ ਬਹੁ ਭਾਤੀ, ਕਈ ਤਰੀਕਿਆਂ ਨਾਲ ਸਮਝਾ ਸਮਝਾ ਕੇ ਬਹੁੜ ਪਿਤਾ ਗੱਲ ਲਾਵੇ। ਇਸੇ ਤਰ੍ਹਾਂ ਸਤਿਗੁਰੂ ਵੀ ਸਾਨੂੰ ਗੱਲ ਲਾ ਲੈਂਦੇ ਹਨ, ਹੁਕਮ ਕਰਦੇ ਹਨ, ਖਿਮਾ ਵੀ ਹੁਣੇ
ਟੱਪ ਗਏ ਕਰੋੜਾਂ ਲੱਖਾਂ ਲੋਕ ਜਿਨ੍ਹਾਂ ਦੇ ਕੋਲ ਖਿਮਾ ਨਹੀਂ। ਖਿਮਾ ਨਾ ਆਉਣ ਦੇ ਕਾਰਨ ਲੋਕਾਂ ਨੂੰ ਸਜ਼ਾਵਾਂ ਦਿੰਦੇ ਹਨ, ਦੁੱਖ ਦਿੰਦੇ ਹਨ, ਇਹ ਨਹੀਂ ਦੇਖਦੇ ਕਿ ਇਹਨਾਂ ਦੇ ਵਿੱਚ ਵੀ ਪਰਮੇਸ਼ਰ ਜੀ ਦੀ ਜੋਤ ਜਗ ਰਹੀ ਹੈ, ਸਰਬ ਜੋਤ ਤੇਰੀ ਪਸਰ ਰਹੀ। ਭੁੱਲ ਜਾਂਦੇ ਹਨ ਖਿਮਾ। ਖਿਮਾ ਜ਼ਰੂਰੀ ਧਾਰਨ ਕਰਨੀ ਚਾਹੀਦੀ ਹੈ। ਜਹਾਂ ਖਿਮਾ ਤਹਾਂ ਆਪ। ਪੜ੍ਹਿਆ ਕਰੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸ਼ਬਦ, ਗੁਰਬਾਣੀ ਬਚਨਾਂ ਨੂੰ ਹਿਰਦੇ ਵਿੱਚ ਵਸਾਇਆ ਕਰੋ ਪਿਆਰਿਓ। ਜਹਾਂ ਖਿਮਾ ਤਹਾਂ ਆਪ, ਜਿੱਥੇ ਜਿਸ ਹਿਰਦੇ ਵਿੱਚ ਖਿਮਾ ਹੈ, ਦੂਜੇ ਨੂੰ ਬਖਸ਼ ਦੇਣ ਦੀ ਖਮਤਾ ਹੈ, ਉੱਥੇ ਵਾਹਿਗੁਰੂ ਜੀ ਆਪ ਵਸ ਰਹੇ ਹਨ। ਕਿਉਂਕਿ ਵਾਹਿਗੁਰੂ ਜੀ ਦਾ ਸੁਭਾਅ ਹੈ ਖਿਮਾ ਕਰ ਦੇਣਾ, ਬਖਸ਼ ਦੇਣਾ, ਬਖਸ਼ਣ ਹਾਰੇ ਹਨ। ਧੰਨ ਧੰਨ ਗੁਰੂ ਨਾਨਕ ਦੇਵ ਜੀ, ਕਲਗੀਆਂ ਵਾਲੇ, ਬਾਜਾਂ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ। ਖਿਮਾ ਵੀ ਹੋਣੇ ਖੱਪ ਗਏ ਦੁਨੀਆ ਤੋਂ, ਕਰੋੜਾਂ ਲੋਕ ਖਿਮਾ ਤੋਂ ਬਿਨਾਂ ਹੀ ਖੱਪ ਗਏ, ਮਰ ਗਏ, ਖਤਮ ਹੋ ਗਏ। ਖੋਹਣ ਲੱਖ ਅਸੰਖ ਗਿਣਤੀ ਨਹੀਂ ਕੀਤੀ ਜਾ ਸਕਦੀ, ਵੈਰ ਵਿਰੋਧ ਦੇ ਵਿੱਚ ਪਏ ਰਹੇ, ਕਿਉਂਕਿ ਕੋਲ ਖਿਮਾ ਨਾ ਰਹੀ। ਤਾਂਹੀਓ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਘਰ ਖਿਮਾ ਦਾ ਘਰ ਹੈ, ਬਖਸ਼ ਦਿੰਦਾ ਹੈ, ਬਖਸ਼ ਦਿੰਦਾ ਹੈ, ਖਿਮਾ ਕਰ ਦਿੰਦਾ ਹੈ, ਅੱਗੇ ਤੋਂ ਰਾਹ ਪਾ ਦਿੰਦੇ ਹਨ। ਜਾਓ ਭਾਈ, ਸੇਵਾ ਕਰੋ, ਸਿਮਰਨ ਕਰੋ, ਬੰਦਗੀ ਕਰੋ, ਨਾਮ ਜਪੋ, ਅਕਾਲ ਪੁਰਖ ਜੀ ਦੇ ਚਰਨਾਂ ਦੇ ਨਾਲ ਆਪਣੇ ਆਪ ਨੂੰ ਜੋੜਨਾ ਕਰੋ। ਗਣਤ ਨਾ ਆਵੇ ਕਿਉਂ ਗਣੀ, ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਖੱਪ ਖੱਪ ਮੋਏ ਬੇਸੰਖ, ਖਿਮਾ ਦਾ ਗਹਿਣਾ ਨਾ ਹੋਣ ਦੇ ਕਾਰਨ ਵੈਰ ਵਿਰੋਧ ਵਿੱਚ ਪੈ ਕੇ ਦੂਜਿਆਂ ਨੂੰ ਦੁੱਖ ਦੇਣ ਕਰਕੇ ਵਿਆਕੁਲ ਹੋ ਕੇ ਮਰ ਖੱਪ ਜਾਂਦੇ ਹਨ, ਮੁੱਕ ਜਾਂਦੇ ਹਨ। ਗਿਣਤੀ ਨਹੀਂ ਕੀਤੀ ਜਾ ਸਕਦੀ ਐਸੇ ਲੋਕਾਂ ਦੀ ਜਿਨ੍ਹਾਂ ਦੇ ਕੋਲ ਖਿਮਾ ਨਹੀਂ ਹੈ, ਗੁਰੂ ਤੋਂ ਦੂਰ ਹਨ। ਜਿਹੜੇ ਗੁਰੂ ਦੇ ਨੇੜੇ ਹਨ ਉਹਨਾਂ ਨੂੰ ਉਹ ਖਿਮਾ ਦਾ ਗੁਣ ਜਿਹੜਾ ਹੈ ਉਹ ਮਿਲ ਜਾਂਦਾ ਹੈ, ਉਹ ਬਖਸ਼ ਦਿੰਦੇ ਹਨ ਬਖਸ਼ਣ ਹਾਰੇ ਦੇ ਚਰਨਾਂ ਦੇ ਨਾਲ ਲੱਗ ਕੇ। ਖੱਪ ਮੂਏ ਬੇਸੰਖ, ਅੰਤ ਨਹੀਂ ਗਿਣਿਆ ਜਾ ਸਕਦਾ ਕਿੰਨੇ ਲੋਕ ਮਰ ਖੱਪ ਗਏ। ਇਸੇ ਤਰ੍ਹਾਂ ਤਾਂਹੀਓ ਤੇ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਲਗੀਆਂ ਵਾਲੇ, ਬਾਜਾਂ ਵਾਲੇ ਸਤਿਗੁਰਾਂ ਨੇ ਆਖਿਆ ਹੈ, ਪ੍ਰੇਮ ਕਰੋ, ਪ੍ਰੇਮ ਕਰੋ, ਸਭਨਾ ਨਾਲ ਪ੍ਰੇਮ ਕਰੋ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਪ੍ਰੇਮ ਕੀਤਾ ਹੈ ਉਹਨਾਂ ਨੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਪਾ ਲਿਆ ਹੈ। ਗੁਰੂ ਦਾ ਘਰ, ਧੰਨ ਗੁਰੂ ਨਾਨਕ ਸਾਹਿਬ ਜੀ ਦਾ ਘਰ ਖਿਮਾ ਦਾ ਘਰ ਹੈ, ਪ੍ਰੇਮ ਦਾ ਘਰ ਹੈ। ਜਿਹੜੇ ਵੀ ਗੁਰੂ ਦੇ ਲੜ ਲੱਗਦੇ ਹਨ ਉਹਨਾਂ ਨੂੰ ਪ੍ਰੇਮ ਨਾਲ ਬੋਲਣਾ ਆ ਜਾਂਦਾ ਹੈ, ਪ੍ਰੇਮ ਦੇ ਤੀਰ ਵੱਜ ਜਾਂਦੇ ਹਨ। ਮੇਰੇ ਮਨ ਪ੍ਰੇਮ ਲੱਗੋ ਹਰ ਤੀਰ, ਜੇ ਕੋਈ ਹੋਵੇ ਵੀ ਮਨ ਵਿੱਚ ਗੱਲ ਹਮਰੀ, ਬੇਦਨ ਹਰ ਪ੍ਰਭ ਜਾਣੈ ਮੇਰੇ ਮਨ ਅੰਤਰ ਕੀ ਪੀਰ। ਉਹਦੇ ਮਨ ਦੀ ਕੋਈ ਵੀ ਪੀੜਾ ਹੋਵੇ ਅਕਾਲ ਪੁਰਖ ਜੀ ਬੁੱਝ ਲੈਂਦੇ ਹਨ, ਧੰਨ ਗੁਰੂ ਨਾਨਕ ਸਾਹਿਬ ਜੀ ਬੁੱਝ ਲੈਂਦੇ ਹਨ, ਕਲਗੀਆਂ ਵਾਲੇ, ਬਾਜਾਂ ਵਾਲੇ ਬੁੱਝ ਲੈਂਦੇ ਹਨ। ਜਿਹੜਾ ਆਪਣੇ ਖਸਮ ਨੂੰ ਪਛਾਣਦਾ ਹੈ, ਧੰਨ ਗੁਰੂ ਨਾਨਕ ਸਾਹਿਬ ਜੀ ਨੇ ਅਕਾਲ ਪੁਰਖ ਜੀ ਨੂੰ ਖਸਮ ਆਖਿਆ ਹੈ, ਭਾਈ ਲਾਲੋ ਜੀ ਨੂੰ ਵੀ ਆਖਿਆ ਹੈ। ਧੰਨ ਗੁਰੂ ਨਾਨਕ ਸਾਹਿਬ ਨੇ ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈ ਸੜਾ ਕਰੀ ਗਿਆਨ ਵੇ ਲਾਲੋ। ਜੋ ਗੁਰਬਾਣੀ ਦਾ ਹੁਕਮ ਹੈ
उस ज्ञान नू ऐ भाई ला लो अपने हिरदे दे विच वसा लवी। जेड़ा जेड़ा अपने खसम नू पछाणदा है, हुक्म दे विच रहिंदा है, उन्हों कोई बंधन नहीं पैंदा, बच जांदा है। खसम पछाणे अपना खुले बंद न पाए, कोई बेड़ी नहीं पैंदी, बेड़ियां नहीं पैंदियां, जमा दा सामना नहीं करना पैंदा, सोने ढंग दे नाल जिंदगी बतीत करके अकाल पुरख जी दे चरणा विच जा टिकदा है। धन गुरु नानक साहब जी दखणी ओंकार विच हुक्म करदे हन सारे मनां नूं, शब्द नाल प्यार करो, गुरबाणी नाल प्यार करो, गुरबाणी नाल प्रीत करो, गुरबाणी अमृत है, अमृत बाणी गुर की मीठी। दूजियां नूं वी आखो आवो सिख सतगुरु के प्यारे हो, गावो हो सच्ची बाणी, बाणी तां गावो हो गुरु केरी, बाणियां सिर बाणी, जिनको नदर कर्म होवे हिरदय तिना समाणी, पीवो हो अमृत सदा रहो, हर रंग जपहो सारंग पाणी, कह नानक सदा गावो एह सच्ची बाणी। शब्द नाल जुड़ो, गुरबाणी शब्द स्वरूप है, शब्द स्वरूप जाकी सब वथ, सिखो हो शब्द प्यारे हो, जन्म मरन की टेक, शब्द गुरु सुरत तुन चेला, शब्द महली खरा तू खिमा सच सुख पाए, शब्द नाल जुड़ के, नाम नाल जुड़ के, गुरबाणी नाल जुड़ के ये मन पवित्र हो जाता है। सुनते पुनीत जे कन्ना नाल सुन लवे पुनीत हो जाता है, कहते पवित्र सतगुर रहा पर पूरे, बिनवंत नानक गुर चरण लागे वाजे अनहद तूरे, शब्द महली खरा तू गुरु दा शब्द अपने हिरदे दे विच वसा, गुरबाणी नू हिरदे दे विच वसा, तू खरा उतर आवेगा, खोटा नहीं रवेगा, तेरे अंदर खिमा आ जावेगी, दूजे नू खिमा करन जोगा हो जावेगा जे गुरबाणी दी शब्द दी संगत करेगा, बड़ा सुख मिलेगा। सच नाल जुड़े हैं, शब्द सच है, गुरबाणी सच है, शब्द महली खरा तू खिमा सच सुख पाए, जिंदगी सफल हो जावेगी, खर्च खरा धन ध्यान तू ऐ मना, जेकर तेरे कोल नाम दा धन है पंच परवान पंच प्रधान पंचां का गुर एक ध्यान, जेरे जे तेरे कोल ध्यान दा धन है, ध्यान तो बिना ए जीवन बिरथा है, ध्यान धरो तेहको मन मह जेहको अमतोज सब जग छाए, असा दुनिया ते आए हुए जीवां दा ध्यान दुनिया दीयां चीजां नाल है, दुनिया नाल जुड़िया होया है, जिहड़ा एक दिन खोटा साबत होवेगा। बंदा भुला होया है, गुरबाणी फरमाउंदी है खोटे को खरा कह, देखो इस मन दा क्यों जिहा निर्णा है, खोटे नूं खरा कह रहा है, खोटे को खरा कह, वाहे गुरु
ਖਰਾ ਕਹੇ ਖੋਟੇ ਨੂੰ ਖਰਾ ਕਹਿੰਦਾ ਹੈ। ਜਿਹੜੀਆਂ ਚੀਜ਼ਾਂ ਇੱਕ ਦਿਨ ਖੋਟੀਆਂ ਹੋ ਜਾਣੀਆਂ ਹਨ ਉਹਨਾਂ ਨੂੰ ਖਰਾ ਕਹਿੰਦਾ ਹੈ ਇਹ ਮਨ। ਜੇ ਗੁਰਬਾਣੀ ਨੂੰ ਸੁਣੇ, ਸ਼ਬਦ ਨੂੰ ਸੁਣੇ ਤਾਂ ਇਸ ਨੂੰ ਸਮਝ ਪੈ ਜਾਵੇ ਖਰਾ ਵਾਹਿਗੁਰੂ ਦਾ ਨਾਮ ਹੈ। ਖੋਟੇ ਕੋ ਖਰਾ ਕਹੇ ਖਰੇ ਸਾਰ ਨਾ ਜਾਣੇ। ਬਿਨਾਂ ਸਿਮਰਨ ਤੋਂ, ਬਿਨਾਂ ਸੇਵਾ ਤੋਂ, ਬਿਨਾਂ ਗੁਰਬਾਣੀ ਪੜ੍ਹਨ ਸੁਣਨ ਤੋਂ ਇਹਨੂੰ ਸਾਰ ਸਮਝ ਨਹੀਂ ਪੈਂਦੀ ਇਸ ਮਨ ਨੂੰ। ਐਵੇਂ ਹੀ ਜ਼ਿੰਦਗੀ ਦੇ ਚਾਰ ਦਿਨ ਨੰਗਾ ਕੇ ਤੁਰਦਾ ਬਣਦਾ ਹੈ, ਚੱਲਦਾ ਬਣਦਾ ਹੈ। ਜੇ ਧਿਆਨ ਦਾ ਖਜ਼ਾਨਾ ਕੋਲ ਹੋਵੇ, ਖਰਚ ਖਰਾ ਧਨ ਧਿਆਨ ਤੂੰ, ਆਪੇ ਵਸੈ ਸਰੀਰ। ਅਕਾਲ ਪੁਰਖ ਵਾਹਿਗੁਰੂ ਜੀ ਆਪੇ ਤੇਰੇ ਸਰੀਰ ਵਿੱਚੋਂ ਹੀ ਪ੍ਰਗਟ ਹੋ ਜਾਣਗੇ। ਜਿਨ੍ਹਾਂ ਜਿਨ੍ਹਾਂ ਨੇ ਜਪਿਆ ਹੈ ਉਹਨਾਂ ਦੇ ਅੰਦਰੋਂ ਹੀ ਅਕਾਲ ਪੁਰਖ ਵਾਹਿਗੁਰੂ ਜੀ ਪ੍ਰਗਟ ਹੋ ਗਏ, ਸਰੀਰ ਵਿੱਚੋਂ ਹੀ ਪ੍ਰਗਟ ਹੋ ਗਏ। ਜਦੋਂ ਸਰੀਰ ਦੇ ਮੰਦਰ ਨੂੰ ਸ਼ੁੱਧ ਕਰ ਲਿਆ, ਕਿਉਂਕਿ ਸਰੀਰ ਜਿਹੜਾ ਹੈ ਇਹਦੇ ਵਿੱਚ ਜਿਹੜਾ ਮਨ ਹੈ ਉਹ ਮੰਦਰ ਹੈ, ਟੈਂਪਲ ਹੈ। ਮਨ ਮੰਦਰ, ਮੰਦਰ ਨੂੰ ਸਾਫ ਰੱਖਣਾ ਪੈਂਦਾ ਹੈ, ਸੁਥਰਾ ਰੱਖਣਾ ਪੈਂਦਾ ਹੈ। ਮਨ ਮੰਦਰ ਤਨ ਵੇਸ ਕਲੰਦਰ, ਘੱਟ ਹੀ ਤੀਰਥ ਨਾਵਾਂ। ਹਿਰਦੇ ਵਿੱਚ ਹੀ ਤੀਰਥ ਪ੍ਰਾਪਤ ਹੋ ਜਾਂਦੇ ਹਨ। ਜੇ ਮਨ ਮੰਦਰ ਨੂੰ ਸਾਫ ਰੱਖੇ, ਸੁਥਰਾ ਰੱਖੇ, ਸਰੀਰ ਵਿੱਚੋਂ ਹੀ ਅਕਾਲ ਪੁਰਖ ਵਾਹਿਗੁਰੂ ਜੀ ਆ ਸਾਹਮਣੇ ਖਲੋਂਦੇ ਹਨ। ਜਿਨ੍ਹਾਂ ਜਿਨ੍ਹਾਂ ਨੇ ਪਿਆਰ ਕੀਤਾ ਹੈ ਉਹਨਾਂ ਨੇ ਦਰਸ਼ਨ ਕਰ ਲਏ ਹਨ। ਦਰਸ਼ਨ ਦੇਖਤ ਪਈ ਨਿਹਾਲ, ਜਿਹੜੀ ਜਿਹੜੀ ਰੂਹ ਨੇ ਦਰਸ਼ਨ ਕੀਤੇ ਹਨ ਨਿਹਾਲ ਨਿਹਾਲ ਹੋ ਗਈ ਹੈ। ਸਾਰਿਆਂ ਨੂੰ ਹੁਕਮ ਕਰਦੀ ਹੈ ਦੱਖਣੀ ਓਅੰਕਾਰ ਜੀ ਦੀ ਪਵਿੱਤਰ ਗੁਰਬਾਣੀ, ਆਪਣੇ ਮਨ ਮੰਦਰ ਨੂੰ ਨਿਰਮਲ ਕਰੋ, ਸਾਫ ਕਰੋ। ਹਉਮੈ ਦਾ ਪਰਦਾ ਵਿੱਚੋਂ ਲਾਹ ਦਿਓ। ਵਾਹਿਗੁਰੂ ਜੋ ਕਰ ਰਹੇ ਹੋ ਤੁਸੀਂ ਕਰ ਰਹੇ ਹੋ, ਜੋ ਹੋ ਰਿਹਾ ਹੈ ਮਾਲਕ ਵਾਹਿਗੁਰੂ ਜੀ ਅਕਾਲ ਪੁਰਖ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਕਲਗੀਧਰ ਬਾਜਾਂ ਵਾਲੇ ਦਾ ਤਾਰ ਪਾਤਸ਼ਾਹ ਜੀ ਗੁਰੂ ਗ੍ਰੰਥ ਸਾਹਿਬ ਜੀ ਤੁਸਾਂ ਦੇ ਹੁਕਮ ਨਾਲ ਹੋ ਰਿਹਾ ਹੈ। ਮਨ ਤਨ ਮੁਖ ਜਾਪੈ ਸਦਾ, ਮਨ ਕਰਕੇ ਤਨ ਕਰਕੇ, ਕਿਉਂਕਿ ਤਨ ਦੇ ਵਿੱਚ ਮਨ ਰਹਿੰਦਾ ਹੈ। ਜਿਵੇਂ ਕੋਈ ਮਕਾਨ ਵਿੱਚ ਰਹਿੰਦਾ ਹੈ, ਜਦੋਂ ਇਹ ਦੇਹ ਜਲ ਜਾਂਦੀ ਹੈ ਮਨ ਨੂੰ ਵੀ ਕੋਈ ਥਾਂ ਨਹੀਂ ਲੱਭਦੀ, ਭੱਜਾ ਫਿਰਦਾ ਹੈ। ਲੋਕ ਭੂਤ ਪ੍ਰੇਤ ਕਹਿੰਦੇ ਹਨ, ਜਾਂਦਾ ਹੈ ਪਰ ਉਸ ਵੇਲੇ ਦੇਹ ਜਲ ਚੁੱਕੀ ਹੁੰਦੀ ਹੈ, ਘਰ ਸੜ ਚੁੱਕਾ ਹੁੰਦਾ ਹੈ। ਜੇ ਨਾਮ ਜਪਿਆ ਹੋਵੇ ਗੁਰੂ ਨਾਨਕ ਸਾਹਿਬ ਜੀ ਦੇ, ਕਲਗੀਆਂ ਵਾਲੇ ਬਾਜਾਂ ਵਾਲੇ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਪਰਸੇ ਹੋਣ ਤਾਂ ਇਸ ਮਨ ਨੂੰ ਮੁਕਤੀ ਮਿਲ ਜਾਂਦੀ ਹੈ, ਮੁਕਤ ਹੋ ਜਾਂਦਾ ਹੈ। ਜੰਮਣ ਮਰਨ ਨ ਤਿੰਨ ਕੋ ਜੋ ਹਰ ਲੜ ਲਾਗੇ। ਮਨ ਤਨ ਮੁਖ ਜਾਪੈ ਸਦਾ, ਮਨ ਤੇ ਤਨ ਨੂੰ ਮਿਲਾ ਕੇ ਆਪਣੇ ਮੁਖ ਨਾਲ ਆਖੇ ਸਤਨਾਮ ਸ੍ਰੀ ਵਾਹਿਗੁਰੂ, ਜਾਪ ਜਪੇ। ਮਨ ਤਨ ਮੁਖ ਜਾਪੈ ਸਦਾ,
ਕਰ ਮਨ ਧੀਰ, ਮਨ ਵਿੱਚ ਧੀਰਜ ਰੱਖ ਕੇ ਗੁਣਾਂ ਨੂੰ ਗ੍ਰਹਿਣ ਕਰੇ, ਨੇਕੀਆਂ ਕਮਾਵੇ। ਹਉਮੈ ਤੋਂ ਦੂਰ ਰਵੇ। ਹਉਮੈ ਇੱਕ ਐਸਾ ਵੱਡਾ ਰੋਗ ਹੈ, ਹਉਮੈ ਵੱਡਾ ਰੋਗ ਹੈ। ਜੇ ਗੁਰੂ ਦੇ ਲੜ ਲੱਗ ਜਾਵੇ, ਦਾਰੂ ਵੀ ਇਸ ਮਾਹੇ ਵਿੱਚੋਂ ਹੀ ਦਵਾਈ ਮਿਲ ਜਾਂਦੀ ਹੈ, ਦਾਰੂ ਵਿੱਚੋਂ ਹੀ ਮਿਲ ਜਾਂਦਾ ਹੈ। ਸ਼ਬਦ ਦੇ ਲੜ ਲੱਗਿਆ ਬਿਖ ਵਿੱਚੋਂ ਜ਼ਹਿਰ ਵਿੱਚੋਂ ਹੀ ਅੰਮ੍ਰਿਤ ਪ੍ਰਾਪਤ ਹੋ ਜਾਂਦਾ ਹੈ, ਜਿਵੇਂ ਆਪ ਜੀ ਨੂੰ ਪੜ੍ਹ ਕੇ ਸੁਣਾਇਆ ਹੈ। ਜੈਸੇ ਕਾਚੋ ਪਾਰੋ ਮਹਾ ਬਿਖਮ ਨ ਖਾਇਓ ਜਾਈ, ਮਾਰੇ ਨਿਹ ਕਲੰਕ ਹੋਏ ਕਲੰਕਨ ਮਿਟਾਵੇ। ਜਦੋਂ ਪਾਰੇ ਨੂੰ ਮਾਰ ਦਿਓ, ਕਈ ਦਵਾਈਆਂ ਬਣ ਜਾਂਦੀਆਂ ਹਨ, ਕਈ ਬਿਮਾਰੀਆਂ ਦੇ ਕਲੰਕ ਦੂਰ ਹੋ ਜਾਂਦੇ ਹਨ। ਤੇ ਮਨ ਮਾਰਨ ਤੋਂ ਬਿਨਾਂ ਭਗਤੀ ਵੀ ਨਹੀਂ ਹੁੰਦੀ, ਮਨ ਮਾਰੇ ਬਿਨ ਭਗਤ ਨੂੰ ਨਹੀਂ ਤੇ ਖਪਦਾ ਰਹਿੰਦਾ ਹੈ, ਹਉਮੈ ਦੇ ਰੋਗ ਵਿੱਚ ਚੰਬੜਿਆ ਰਹਿੰਦਾ ਹੈ। ਹਉਮੈ ਦਾ ਰੋਗ ਇਹਨੂੰ ਲਪੇਟ ਕੇ ਰੱਖਦਾ ਹੈ, ਬਿਨਾਂ ਗੁਰੂ ਤੋਂ, ਬਿਨਾਂ ਧੰਨ ਗੁਰੂ ਨਾਨਕ ਸਾਹਿਬ ਜੀ ਤੋਂ, ਬਿਨਾਂ ਕਲਗੀਆਂ ਵਾਲੇ ਬਾਜਾਂ ਵਾਲੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੋਂ। ਹਉਮੈ ਖਪੈ, ਹਉਮੈ ਵਿੱਚ ਖਪਦਾ ਹੈ, ਹਉਮੈ ਨੂੰ ਖਪਾਉਂਦੀ ਹੈ। ਕਿਉਂ? ਕਹਿੰਦਾ ਹੈ ਮੇਰਾ 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 ਕਰਦੇ ਪਚ ਮੂਏ। ਹਉਮੈ ਖਪੈ ਖਪਾਈ ਸੀ, ਬੀਜੋ ਵੱਥ ਵਿਕਾਰ। ਬਿਨਾਂ ਵਾਹਿਗੁਰੂ ਜੀ ਦੇ ਨਾਮ ਤੋਂ ਬਾਕੀ ਸਭ ਵੱਥ ਜਿੰਨੀਆਂ ਚੀਜ਼ਾਂ ਹਨ ਉਹ ਮੰਦੀਆਂ ਹਨ। ਅੱਜ ਦੀ ਕਥਾ ਇੱਥੇ ਸਮਾਪਤ ਹੈ। ਦੱਖਣੀ ਓਅੰਕਾਰ ਦੇ ਵਿੱਚੋਂ ਜੁਗੋ ਜੁਗਾ ਟਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾਸ ਦਿਲਬਾਗ ਸਿੰਘ ਨੇ ਆਪ ਜੀ ਦੀ ਕਿਰਪਾ ਦੁਆਰਾ ਜਿਵੇਂ ਤੁਸਾਂ ਕਥਾ ਕਰਾਈ ਹੈ ਤਿਵੇਂ ਕਰ ਦਿੱਤੀ ਹੈ। ਜਿਉਂ ਬੁਲਾਵਹ ਤਿਉਂ ਬੋਲਹਿ ਸੁਆਮੀ ਕੁਦਰਤ ਗਮਨ ਹਮਾਰੀ, ਜਿਵੇਂ ਬੁਲਾਉਂਦੇ ਹੋ ਜਿਉਂ ਬੁਲਾਵਹਿ ਤਿਉਂ ਬੋਲਹਿ ਸੁਆਮੀ। ਬੰਦਾ ਆਪ ਨਹੀਂ ਬੋਲ ਸਕਦਾ, ਜੇ ਤੁਸੀਂ ਬੁਲਾਉਂਦੇ ਹੋ, ਜਿਵੇਂ ਜਿਵੇਂ ਬੁਲਾਉਂਦੇ ਹੋ ਤਿਵੇਂ ਤਿਵੇਂ ਦੱਸ ਰਹੇ ਨੇ। ਬੋਲ ਕੇ ਸ਼ਬਦ ਦੀ ਕਥਾ ਕਰ ਦਿੱਤੀ ਹੈ, ਜਿਵੇਂ ਤੁਸਾਂ ਕਰਵਾਈ ਹੈ, ਮੈਂ ਕੀ ਕਰਨ ਜੋਗਾ ਹਾਂ। ਤੋਕਲਾ ਕੰਨਾ ਅੱਖਰ ਵੱਧ ਘੱਟ ਮੈਥੋਂ ਪੜਿਆ ਜਾਂਦਾ ਹੈ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਤੁਸੀਂ ਮੇਰੇ ਸਤਿਗੁਰੂ ਹੋ, ਖਿਮਾ ਕਰ ਦੇਣਾ, ਅੱਗੇ ਤੋਂ ਸੁਮਤੀ ਬਖਸ਼ਿਸ਼ ਕਰਨ ਦੀ ਕਿਰਪਾਲਤਾ ਕਰਨੀ, ਸੁਧ ਗੁਰਬਾਣੀ ਪੜ੍ਹਨ ਦਾ ਸਤਿਗੁਰ ਜੀ ਬਾਲ ਬਖਸ਼ਿਸ਼ ਕਰਨਾ। ਆਪ ਮਿਹਰਵਾਨ ਹੋ, ਸਭਨਾ ਤੇ ਮਿਹਰ ਕਰਨ ਵਾਲੇ ਹੋ, ਰਹਿਮ ਕਰਨ ਵਾਲੇ ਹੋ, ਤੁਹਾਡੀ ਰਹਿਮਤ ਵਿੱਚ ਹੀ ਸੁੱਖ ਹੈ, ਰਹਿਮ ਤੇਰੀ ਸੁੱਖ ਪਾਇਆ। ਜਿਨ੍ਹਾਂ ਗੁਰੂ ਕੀਆਂ ਸੰਗਤਾਂ ਨੇ ਪਵਿੱਤਰ ਗੁਰਬਾਣੀ ਦੱਖਣੀ ਓਅੰਕਾਰ ਦੇ ਬਚਨ ਸਰਵਣ ਕੀਤੇ ਹਨ, ਆਪ ਸਾਧ ਸੰਗਤ ਵੀ ਗੁਰੂ ਦਾ ਰੂਪ ਹੋ, ਦਾਸ ਨੂੰ ਖਿਮਾ ਕਰ ਦੇਣਾ। ਬੇਅੰਤ ਸ਼ਬਦ ਅੱਗੇ ਪਿੱਛੇ ਕਹੇ ਜਾਂਦੇ ਹਨ, ਤੋ ਕਲਾ ਕੰਨਾ ਅੱਖਰ ਅੱਗੇ ਪਿੱਛੇ ਪੜਿਆ ਜਾਂਦਾ ਹੈ, ਮੈਂ ਭੁੱਲ ਜਾਂਦਾ ਹਾਂ। ਆਪ ਸਾਧ ਸੰਗਤ ਗੁਰੂ ਦਾ ਰੂਪ ਹੋ, ਗੁਰੂ ਬਖਸ਼ ਦਿੰਦੇ ਹਨ, ਸਾਧ ਸੰਗਤ ਆਪ ਵੀ ਦਾਸ ਨੂੰ ਬਖਸ਼ ਦੇਣ ਦੀ ਕਿਰਪਾਲਤਾ ਕਰਨੀ। ਇਹ ਜਿੰਨੀ ਵੀ ਸੇਵਾ ਹੋ ਰਹੀ ਹੈ ਯੂਟਿਊਬ ਵਾਲੇ ਕਰ ਰਹੇ ਹਨ, ਇਹ ਜਿਹੜੀ ਸਾਈਡ ਹੈ ਗੁਰਬਾਣੀ ਵਾਲੀ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਾਲੀ, ਜਿਹੜੇ ਮਨ ਦੁਨੀਆਂ ਦੇ ਮੇਲੇ ਵਿੱਚ ਆ ਕੇ ਭੁੱਲ ਗਏ ਹਨ, ਗਵਾਚ ਗਏ ਹਨ, ਕੰਮਾਂ ਤੋਂ ਥੱਕੇ ਹੋਏ ਜਾ ਕੇ ਜਦੋਂ ਯੂਟਿਊਬ ਖੋਲ੍ਹ ਲੈਂਦੇ ਹਨ, ਕੋਈ ਸ਼ਬਦ ਤੇ ਪੱਲੇ ਪੈ ਜਾਂਦਾ ਹੈ, ਇਹਨਾਂ ਕੰਨਾਂ ਦੇ ਵਿੱਚ ਸੁਣਨ ਨੂੰ ਮਿਲ ਜਾਂਦਾ ਹੈ। ਇੱਕ ਅੱਖਰ ਵੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜੇ ਹਿਰਦੇ ਵਿੱਚ ਵਸ ਜਾਵੇ, ਮਨ ਨੂੰ ਠੰਡ ਪੈ ਜਾਂਦੀ ਹੈ, ਸਾਰੇ ਦਿਨ ਦੀ ਥਕਾਵਟ ਦੂਰ ਹੋ ਜਾਂਦੀ ਹੈ। ਗੁਰਬਾਣੀ ਬੜਾ ਸੁੱਖ ਬਖਸ਼ਿਸ਼ ਕਰਦੀ ਹੈ। ਅਰਦਾਸ ਬੇਨਤੀ ਹੈ ਜੁਗੋ ਜੁਗਾ ਟਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ,
ਜਿੰਨੇ ਵੀ ਸੇਵਕ ਹਨ, ਸੇਵਾਦਾਰ ਹਨ, ਵਰਕਰ ਹਨ, ਜਿਨ੍ਹਾਂ ਦੀ ਵੀ ਯੂਟਿਊਬ ਹੈ, ਸਤਿਗੁਰ ਜੀ ਸਾਰਿਆਂ ਦੀ ਸੇਵਾ ਥਾਏ ਪਵਣੀ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀ ਆ। ਆਹ ਜਿਹੜੀ ਗੁਰਬਾਣੀ ਵਾਲੀ ਸਾਈਡ ਹੈ, ਸਤਿਗੁਰ ਜੀ ਸਦਾ ਆਪਣਾ ਮਿਹਰ ਭਰਿਆ ਸਿਰ ਤੇ ਹੱਥ ਰੱਖਣਾ, ਯੂਟਿਊਬ ਵਾਲਿਆਂ ਨੂੰ ਖੁਸ਼ੀਆਂ ਦੇ ਖੇੜੇ ਬਖਸ਼ਿਸ਼ ਕਰ ਦੇਣ ਦੀ ਕਿਰਪਾਲਤਾ ਕਰਨੀ। ਆਪ ਕਿਰਪਾ ਨਿਧਾਨ ਹੋ, ਸਭਨਾ ਤੇ ਕਿਰਪਾ ਕਰ ਦਿੰਦੇ ਹੋ। ਸੰਗਤਾਂ ਦਾ ਵੀ ਭਲਾ ਕਰਨਾ, ਜਿਹੜੀਆਂ ਜਿਹੜੀਆਂ ਸੰਗਤਾਂ ਸਤਿਗੁਰ ਜੀ ਸੁਣਦੀਆਂ ਹਨ, ਸਾਰੀਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਸਤਿਗੁਰ ਜੀ ਪ੍ਰਵਾਨ ਕਰ ਲੈਣ ਦੀ ਕਿਰਪਾਲਤਾ ਕਰਨੀ, ਸਾਰੀਆਂ ਸੰਗਤਾਂ ਨੂੰ ਵੀ ਖੁਸ਼ੀਆਂ ਬਖਸ਼ਿਸ਼ ਕਰਨੀਆਂ। ਯੂਕੇ ਦੀ ਧਰਤੀ ਤੇ ਜਿੰਨੇ ਜੀ ਵਸਦੇ ਹਨ, ਸਾਰਿਆਂ ਦੇ ਸਿਰ ਤੇ ਸਤਿਗੁਰ ਜੀ ਮਿਹਰ ਭਰਿਆ ਹੱਥ ਰੱਖਣਾ। ਹੋਰ ਵੀ ਜਿਹੜੇ ਮੁਲਕ ਹਨ, ਕੰਟਰੀਆਂ ਹਨ, ਜਿੱਥੇ ਜਿੱਥੇ ਵੀ ਆਤਮ ਪਸਾਰਾ ਹੈ, ਸਤਿਗੁਰ ਜੀ ਸਭਨਾ ਜੀਆਂ ਦੀ ਤੁਸਾਂ ਪ੍ਰਿਤ ਪਾਲਣਾ ਕਰਨੀ ਹੈ, ਸਭਨਾ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਸਭਨਾ ਨੂੰ ਆਪਣੇ ਚਰਨਾਂ ਦੇ ਨਾਲ ਜੋੜਨ ਦੀ ਕਿਰਪਾਲਤਾ ਕਰਨੀ। ਸੁੱਖ ਵਰਤਾਵਣਾ, ਸੁੱਖ ਵਰਤਾਵਣਾ, ਸੁੱਖ ਵਰਤਾਵਣਾ, ਭਲਾ ਕਰ ਦੇਣਾ। ਤੁਹਾਡਾ ਰੂਪ ਹੀ ਭਲਾ ਹੈ, ਭਲਾ 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 ਤੇਰਾ ਰੂਪ, ਅਤ ਸੁੰਦਰ ਅਪਾਰ ਅਨੂਪ। ਦਾਸ ਵੱਲੋਂ ਬੇਨਤੀ ਹੈ, ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ, ਅੱਗੇ ਵੀ ਸੰਗਤਾਂ ਨੂੰ ਦੱਸਿਆ ਕਰੋ ਕਿ ਗੁਰਬਾਣੀ ਵਿਚਾਰ ਲੀਡਸ ਯੂਕੇ ਤੇ ਚਲੇ ਜਾਇਆ ਕਰੋ। ਐਵਰੀਵੇਅਰ ਹਰ ਪਾਸੇ ਗੁਰਬਾਣੀ ਹੀ ਗੁਰਬਾਣੀ ਹੈ ਪਿਆਰਿਓ। ਬਿਨਾਂ ਗੁਰਬਾਣੀ ਤੋਂ ਮਨਾਂ ਦਾ ਕੋਈ ਆਸਰਾ ਨਹੀਂ। ਆਪੋ ਆਪਣੇ ਮਨ ਨੂੰ ਹਮੇਸ਼ਾ ਆਖਿਆ ਕਰੋ, ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ। ਬਿਨਾਂ ਗੁਰਬਾਣੀ ਤੋਂ ਕਿਤੋਂ ਵੀ ਚਾਨਣਾ ਨਹੀਂ ਮਿਲਦਾ। ਗੁਰਬਾਣੀ ਇਸ ਜਗ ਮੈਂ ਚਾਨਣ, 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 ਗੁਰਬਾਣੀ ਇਸ ਜਗ ਮੈਂ ਚਾਨਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।